ਤੁਹਾਡਾ ਘਰ ਦੂਜੇ ਘਰਾਂ ਨਾਲੋਂ ਸੋਹਣਾ ਬਣ ਜੂਗਾ। ਹੌਲੀ ਹੌਲੀ ਤੁਸੀਂ ਘਰਾਂ ਦੇ ਬਾਰੇ ਸੋਚੋਗੇ, ਫਿਰ ਤੁਸੀਂ ਮੁਹੱਲੇ ਬਾਰੇ ਸੋਚੋਗੇ, ਜਦੋਂ ਮੁਹੱਲੇ ਬਾਰੇ ਸੋਚੋਗੇ ਫਿਰ ਸਟੇਟ ਬਾਰੇ ਸੋਚੋਗੇ, ਜ਼ਿਲ੍ਹੇ ਬਾਰੇ ਸੋਚੋਗੇ, ਹੌਲੀ ਹੌਲੀ ਆਪਦੇ ਦੇਸ਼ ਬਾਰੇ ਵੀ ਸੋਚੋਗੇ।
ਇੱਕ ਇੱਕ ਪਲ ਬੜਾ ਕੀਮਤੀ ਹੈ ਇਸ ਜੀਵਨ ਦਾ, ਇੱਕ ਇੱਕ ਪਲ 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 ਕੀਮਤੀ ਹੈ। ਮੈਂ ਪੜ੍ਹ ਰਿਹਾ ਸੀ ਪ੍ਰੋਫੈਸਰ ਹਰਪਾਲ ਪੰਨੂ ਜੀ ਨੂੰ, ਉਹਨਾਂ ਨੇ ਕਿਹਾ ਪਲ ਤੇ ਯੁੱਗ ਵਿੱਚ ਕਦੇ ਕੋਈ ਫਰਕ ਨਹੀਂ ਹੁੰਦਾ। ਪਲ ਬਹੁਤ ਛੋਟਾ ਹੁੰਦਾ, ਅੱਖ ਝਮਕਣ ਨੂੰ ਪਲ ਕਹਿੰਦੇ ਤੇ ਯੁੱਗ ਸੈਂਕੜੇ ਸਾਲਾਂ ਦਾ ਹੁੰਦਾ। ਉਹ ਕਹਿੰਦਾ ਪਲ ਤੇ ਯੁੱਗ 'ਚ ਕੋਈ ਫਰਕ ਨਹੀਂ ਹੁੰਦਾ, ਜਿਹੜੇ ਕਰਮਾਂ ਵਾਲੇ ਪਲਾਂ ਨੂੰ ਇਹ ਪਤਾ ਲੱਗ ਗਿਆ ਉਹ ਯੁੱਗ ਬਣ ਗਏ, ਤੇ ਜਿਹੜੇ ਅਭਾਗੇ ਯੁੱਗਾਂ ਨੂੰ ਨਹੀਂ ਪਤਾ ਲੱਗਿਆ ਆਪਣੀ ਹੋਣ ਦਾ ਉਹ ਪਲਾਂ 'ਚ ਨਸ਼ਟ ਹੋ ਗਏ। ਅਸੀਂ ਸੌ ਸੌ ਸਾਲ ਦੀਆਂ ਜ਼ਿੰਦਗੀਆਂ ਗੁਜ਼ਾਰ ਕਿਸੇ ਵੀ ਧਰਮ ਨਾਲ ਨਹੀਂ ਹੁੰਦਾ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਜਿਹਨੂੰ ਗੁਰੂ ਦਾ ਦਰਜਾ ਮਿਲਿਆ। ਕਿਉਂ ਮਿਲਿਆ? ਇਹਦੇ ਪਿੱਛੇ ਵੀ ਲੌਜਿਕ ਹੈ। ਜਿੰਨੇ ਵੀ ਧਾਰਮਿਕ ਗ੍ਰੰਥ ਲਿਖੇ ਗਏ ਨੇ, ਚਾਹੇ ਉਹ ਬਾਈਬਲ ਹੈ, ਚਾਹੇ ਉਹ ਅੰਜੀਲ ਹੈ, ਚਾਹੇ ਉਹ ਰਮਾਇਣ ਹੈ, ਚਾਹੇ ਉਹ ਮਹਾਭਾਰਤ ਹੈ, ਚਾਹੇ ਉਹ ਕੁਰਾਨ ਸ਼ਰੀਫ ਹੈ, ਜਿੰਨੇ ਵੀ ਉਹ ਲਿਖੇ ਗਏ ਨੇ ਰਹਿਬਰਾਂ ਦੇ ਜਾਣ ਤੋਂ ਬਾਅਦ, ਗੁਰੂ ਗ੍ਰੰਥ ਸਾਹਿਬ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਗੁਰੂ ਸਾਹਿਬਾਨਾਂ ਨੇ ਖੁਦ ਲਿਖਿਆ ਸਾਰਾ। ਔਰ ਦੁਬਾਰਾ ਦਮਦਮਾ ਸਾਹਿਬ ਦੀ ਧਰਤੀ ਤੇ ਇੱਥੋਂ 35 ਕਿਲੋਮੀਟਰ ਦੂਰ, ਤੁਸੀਂ ਪਿੰਡਾਂ ਦੇ ਸਾਰੇ ਜਾਣਦੇ ਹੋ, ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਵਰਗੇ ਔਰ ਬਾਬਾ ਦੀਪ ਸਿੰਘ ਵਰਗਿਆਂ ਤੋਂ ਕੋਲੇ ਬੈਠ ਕੇ ਲਗਾਤਾਰ 9-10 ਮਹੀਨੇ ਲੱਗੇ ਆ ਫਿਰ ਲਿਖਾਇਆ ਖੁਦ। ਉਹਦੇ 'ਚ ਇੱਕ ਅੱਖਰ ਦੀ ਵੀ, ਇੱਕ ਲਗ ਮਾਤਰ ਦੀ ਵੀ ਇੱਧਰ ਉੱਧਰ ਨਹੀਂ ਹੋ ਸਕਦੀ। ਔਰ ਇੰਨਾ ਵੱਡਾ ਸੰਦੇਸ਼ ਦਿੱਤਾ ਦੁਨੀਆਂ ਨੂੰ ਵੀ ਇਹ ਮਨੁੱਖ ਜੇ ਤੂੰ ਸਦਾ ਵੀ ਖੁਸ਼ ਰਹਿਣਾ, ਆਪਣਾ ਜੀਵਨ ਚੜ੍ਹਦੀ ਕਲਾ ਰੱਖਣਾ, ਤਾਂ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈ। ਬਾ ਕਮਾਲ ਸਾਡੇ ਲਈ ਉਹ ਦੱਸ ਕੇ ਗਏ ਆ। ਮੇਰਾ ਜਿਹੜਾ ਰੁਝਾਨ ਬਚਪਨ ਤੋਂ ਹੀ ਜਿਹੜਾ ਸੀਗਾ ਕਿਤਾਬਾਂ ਵੱਲ ਸੀਗਾ। ਸਕੂਲ ਟਾਈਮ ਦੇ ਵਿੱਚ ਕੋਈ ਸਾਡੇ ਘਰੇ ਪਿਆ ਹੁੰਦਾ ਸੀਗਾ ਬਕਸਾ ਦੇ ਮੇਰੇ ਫਾਦਰ ਸਾਹਿਬ ਦਾ, ਉਹਦੇ 'ਚ ਮੈਂ ਕਿਤਾਬਾਂ ਚੱਕ ਚੱਕ ਕੇ ਪੜ੍ਹਦਾ ਰਹਿੰਦਾ ਸੀ। ਸਾਡੇ ਨਾ ਇੱਕ ਬੜਾ ਮਾੜਾ ਰੁਝਾਨ ਹੈ ਕਿ ਪੇਰੈਂਟਸ ਨੇ ਉਹਨੂੰ ਹੋਰ ਕਿਤਾਬ ਨਹੀਂ ਪੜ੍ਹਨ ਦਿੰਦੇ, ਕਹਿੰਦੇ ਸਿਲੇਬਸ ਦੀ ਕਿਤਾਬ ਪੜ੍ਹ। ਜੇ ਹੋਰ ਕਿਤਾਬ ਅਗਰ ਛੋਟੇ ਹੁੰਦੇ 6ਵੇਂ 7ਵੇਂ ਚੱਕ ਲਓ ਤਾਂ 6 ਚੱਪਲ ਵੀ ਚੱਕ ਲੈਂਦੇ, ਹੁਣ ਰੱਖ ਇਹਨੂੰ ਨੀਚੇ ਪੜ੍ਹੀ ਜਾਂਦੇ, ਸਿਲੇਬਸ ਵੀ ਪੜ੍ਹ। ਪਰ ਸਿਲੇਬਸ ਦੀ ਨਹੀਂ ਹੁੰਦੀ ਐਕਚੁਅਲ, ਤੁਹਾਨੂੰ 11 ਜਿਹੜਾ ਲਾਇਬ੍ਰੇਰੀ ਵਾਲੀ ਕਿਤਾਬਾਂ ਤੋਂ ਆਉਣਾ ਹੁੰਦਾ, ਇਹ ਇੱਕ ਖਾਸ ਵਿਸ਼ਾ ਹੈਗਾ ਉਹਦਾ, ਉਹ ਨਹੀਂ ਸੀਮਿਤ 11 ਹੈਗਾ। ਜੇ ਤੁਸੀਂ ਪੰਜਾਬ ਦਾ ਇਤਿਹਾਸ ਪੜ੍ਹ ਰਹੇ ਹੋ ਤਾਂ ਪੰਜਾਬ ਦਾ ਇਤਿਹਾਸ ਹੀ ਪੜ੍ਹ ਰਹੇ ਹੋ, ਪਰ ਪੰਜਾਬ ਤੋਂ ਬਹੁਤ ਬਾਹਰ ਵਿਸ਼ਵ ਦਾ ਇਤਿਹਾਸ ਹੈ, ਭਾਰਤ ਦਾ ਇਤਿਹਾਸ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਡੇ ਤੋਂ ਛੁੱਟੀਆਂ ਰਹਿ ਜਾਂਦੀਆਂ ਉਸ ਸਮੇਂ ਦੇ ਵਿੱਚ। ਜੋ ਤੁਸੀਂ ਲਾਇਬ੍ਰੇਰੀ ਵਿੱਚ ਕਿਤਾਬਾਂ ਜਾ ਕੇ ਪੜ੍ਹਦੇ ਹੋ, ਤੁਹਾਨੂੰ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ ਪੜ੍ਹਨ ਨੂੰ ਮਿਲ ਜਾਂਦੀਆਂ, ਜਿਹੜੀਆਂ ਨਾਲ ਤੁਹਾਡਾ ਗਿਆਨ ਦਾ ਜਿਹੜਾ ਭੰਡਾਰ ਹੈ ਬਹੁਤ ਵੱਧ ਜਾਂਦਾ। ਤਾਂ ਕਾਲਜ ਟਾਈਮ 'ਚ ਕਿਤਾਬਾਂ ਪੜ੍ਹਦੇ ਪੜ੍ਹਦੇ ਪਤਾ ਹੀ ਲੱਗਿਆ ਕਦੋਂ ਨਾਟਕ ਕਰਨਾ ਸ਼ੁਰੂ ਕਰਤਾ ਥੀਏਟਰ ਦੇ ਵਿੱਚ, ਕਿਉਂਕਿ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ। ਖਿਆਲ ਆ ਜਿਹੜੇ ਮਨ ਦੇ ਵਿੱਚ ਐ ਨਹੀਂ ਆਉਂਦੇ ਕਿ ਮੈਂ ਉੱਥੇ ਬਹਿ ਜਾ ਕੇ ਮੈਨੂੰ ਖਿਆਲ ਆਉਣ ਲੱਗ ਜਾਣਾ ਮੈਂ ਕਹਾਣੀ ਲਿਖ ਦੂੰਗਾ ਨਾ, ਕਹਾਣੀ ਮੈਂ ਉਦੋਂ ਲਿਖੂੰਗਾ ਜਦੋਂ ਤੁਸੀਂ ਮੈਨੂੰ ਗੱਲਾਂ ਸੁਣਾਓਗੇ, ਸਰ ਇੱਥੇ ਆਇਆ ਹੋਇਆ ਜੀ, ਉੱਥੇ ਆਇਆ ਗੱਲ ਹੋਈ, ਜਾਂ ਕੋਈ ਹੋਰ ਦੱਸੂਗਾ, ਚੱਟਾ ਸਾਹਿਬ ਦੱਸਣਗੇ ਅਸੀਂ ਨਾਗਾਲੈਂਡ ਗਏ ਸੀ ਇੱਥੇ ਇੱਕ ਦੇਖ ਕੇ ਜਿਹਨਾਂ ਦੇ ਮੂੰਹ 'ਤੇ ਟੈਟੂ ਲੱਗੇ ਹੋਏ ਸੀਗੇ, ਅਤੇ ਮੈਂ ਇਹ ਕੌਣ ਹੈ ਬੰਦੇ, ਕਹਿੰਦੇ ਜੀ ਸਿਰ ਵੱਢ ਕੇ ਲਿਆਉਂਦੇ ਹੁੰਦੇ ਬੰਦਿਆਂ ਦੇ ਪੁਰਾਣੇ ਸਮੇਂ 'ਚ, ਹੈੱਡ ਹੰਟਰ ਨੇ ਅਤੇ ਸਪੈਸ਼ਲ ਉਹਨਾਂ ਦਾ ਕਬੀਲਾ, ਕੋਨੈਕ ਕਬੀਲਾ, ਕੱਲ੍ਹ ਦੱਸ ਕੇ ਗਏ ਉਹਨੂੰ ਲੈ ਜੀ ਸਾਹਿਬ, ਅਸੀਂ ਇਕੱਠੇ ਸੋਚ ਜਾਤਾ ਸੀ, ਕਿਤਾਬ ਵੀ ਉਹਨਾਂ ਲਿਖੀ ਆ ਉੱਤੇ। ਤਾਂ ਮੈਂ ਕਮਾਲ ਆਇਆ ਉਹ ਕਹਾਣੀ ਹੈੱਡ ਹੰਟਰ ਦੇ, ਫਿਰ ਮੈਂ ਆਪਣੇ ਕਿਸਾਨ ਬੋਲਣ ਨਾਲ ਜੁੜ ਕੇ ਕਹਾਣੀ ਲਿਖੀ ਹੈੱਡ ਹੰਟਰ, ਕਿ ਨਿੱਜੀ ਦੁਸ਼ਮਣਾਂ ਸਿਰ ਵੱਢਣ ਦੀ ਜਾਇ ਸਾਨੂੰ ਵੱਡਿਆਂ ਦੇ ਸਿਰ ਵੱਢਣੇ ਪੈਣਗੇ, ਫਿਰ ਅਸੀਂ ਹੈੱਡ ਹੰਟਰ ਬਣਾਂਗੇ। ਵੱਡੇ ਕੌਣ? ਕਾਰਪੋਰੇਟ। ਉਹ ਫਿਰ ਨਾਟਕ ਕਰਦੇ ਕਰਦੇ ਹੌਲੀ ਹੌਲੀ ਪਤਾ ਲੱਗਿਆ ਕਿ ਇੱਕ ਟ੍ਰੇਨਿੰਗ ਹੁੰਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ,
ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਆ ਜਿੱਥੇ ਬੜੇ ਸਾਡੇ ਬੜੇ ਟੀਚਰ ਬਹੁਤ ਵਧੀਆ ਹੁੰਦੇ ਸੀ। ਪੁਰਾਣੇ ਜਿਹੜੇ ਬਰਾੜ ਸਾਹਿਬ ਬੈਠੇ ਜਾਂ ਚੱਠਾ ਸਾਹਿਬ ਬੈਠੇ, ਇਹਨਾਂ ਨੂੰ ਪਤਾ ਫਿਲਮਾਂ ਮਸ਼ਹੂਰ ਹੋਈਆਂ ਸੀ, ਬਦਲਾ ਜੱਟੀ ਦਾ ਸੁਨੀਤਾ ਧੀਰ ਮੈਡਮ ਹੁੰਦੇ ਸੀਗੇ, ਉਹ ਸਾਡੇ ਹੈਡ ਸੀਗੇ, ਉੱਥੇ ਪੜ੍ਹਾਉਂਦੇ ਹੁੰਦੇ ਸੀ। ਮਾਚਿਸ ਫਿਲਮ ਆਈ ਸੀ ਕਿਸੇ ਟਾਈਮ ਜੋ ਨਰਿੰਦਰਾ ਬਹਿਲ ਨੇ ਮਦਰ ਦਾ ਰੋਲ ਕੀਤਾ, ਜਿੰਮੀ ਸ਼ੇਰਗਿੱਲ ਦਾ, ਉਹ ਟੀਚਰ ਸੀ ਸਾਡੇ, ਕਾਫੀ ਸਾਰੇ ਚੰਗੇ ਟੀਚਰ ਸੀਗੇ। ਤੇ ਮੈਂ ਫਿਰ ਉੱਥੇ ਟ੍ਰੇਨਿੰਗ ਲੈਣ ਗਿਆ, ਉੱਥੇ ਮੈਨੂੰ ਵੀ ਮਿਲੇ ਵਿਨੂ ਰਾਣਾ, ਸਾਰੇ ਸਾਡੀ ਕਲਾਸ ਦੇ ਪਾਰਟ ਸੀਗੇ ਅਸੀਂ ਸਾਰੇ ਜਾਣੇ। ਤੇ ਮੈਂ ਉੱਥੋਂ ਡਿਗਰੀ ਕੀਤੀ, ਡਿਗਰੀ 'ਚ ਪੜ੍ਹਾਈ ਕੀਤੀ, ਪਤਾ ਲੱਗਿਆ ਕਿ ਜਿਹੜੇ ਹੈਗੇ ਨਾਟਕ ਅਸੀਂ ਦੱਸਦੇ ਹਾਂ ਉਹਦਾ ਗਾਹਣ ਰੂਪ ਕੀ ਨੇ, ਕਿਵੇਂ ਅਸੀਂ ਡਾਇਰੈਕਸ਼ਨ ਸਿੱਖ ਸਕਦੇ ਹਾਂ। ਬਾਕੀ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਪ੍ਰੈਕਟੀਕਲ ਚੀਜ਼ਾਂ ਨੇ, ਪੜ੍ਹ ਕੇ ਵੀ ਤੁਸੀਂ ਇਹਨੂੰ ਓਨਾ ਹੀ ਸਿੱਖ ਸਕਦੇ ਹੋ ਜਿੰਨਾ ਕੁ ਜਿਹੜਾ ਬਾਹਰ ਬੈਠਾ ਮੈਂ ਕਿਤਾਬ ਪੜ੍ਹ ਕੇ ਤੈਰਾਕੀ ਬਾਰੇ ਪੜ੍ਹੀ ਜਾਵਾਂ ਵੀ ਤੈਰਨਾ ਆਏ ਆ ਹੱਥ ਐਂ ਮਾਰਨੇ ਐਂ ਮਾਰਨੇ, ਤੈਰਾਕੀ ਮੈਂ ਉਦੋਂ ਹੀ ਸਿੱਖੂੰਗਾ ਜਦੋਂ ਮੈਂ ਪਾਣੀ ਦੇ ਵਿੱਚ ਉਤਰ ਗਿਆ, ਉਵੇਂ ਹੀ ਡਾਇਰੈਕਸ਼ਨ ਹੈਗੀ। ਠੀਕ ਹੈ, ਉਸੇ ਤਰ੍ਹਾਂ ਫਿਰ ਮੈਂ ਹੌਲੀ ਹੌਲੀ ਜਿਹੜਾ ਸੀਗਾ ਕੁਛ ਫਿਲਮਾਂ ਬਣਾਈਆਂ ਛੋਟੀਆਂ ਵੱਡੀਆਂ। ਅੱਜ ਮੈਂ ਤੁਹਾਨੂੰ NSS ਹਿਸਟਰੀ ਐਂਡ ਇਟਸ ਇੰਪੋਰਟੈਂਸ ਇਨ ਦਾ ਲਾਈਫ ਆਫ ਸਟੂਡੈਂਟਸ, ਇਹ ਮੇਰਾ ਟੌਪਿਕ ਹੋਵੇਗਾ ਅੱਜ ਦਾ ਬੋਲਣ ਦਾ। ਸਾਰੇ ਲੈਕਚਰ ਨੂੰ ਮੈਂ ਚਾਰ ਭਾਗਾਂ ਦੇ ਵਿੱਚ ਡਿਵਾਈਡ ਕੀਤਾ, ਕਿਉਂਕਿ ਤੁਸੀਂ NSS ਦੇ ਨਾਲ ਜੁੜੇ ਹੋਏ ਹੋ, ਤੁਹਾਨੂੰ NSS ਦੀ ਹਰ ਇੱਕ ਤਰੀਕੀ ਦੇ ਬਾਰੇ ਵਿੱਚ ਪਤਾ ਹੋਣਾ ਚਾਹੀਦਾ ਹੈ। ਪ੍ਰੈਕਟੀਕਲ ਵਰਕ ਤੁਸੀਂ ਲਗਾਤਾਰ ਕਰ ਰਹੇ ਹੋ, ਥਰੈਟੀਕਲ ਬੇਸ ਕੀ ਹੈ ਇਸ ਚੀਜ਼ ਦਾ, ਉਸ ਦੇ ਬਾਰੇ ਤੁਹਾਨੂੰ ਇੱਕ ਵਧੀਆ ਤਰੀਕੇ ਦੇ ਨਾਲ ਸਮਝ ਹੋਣੀ ਚਾਹੀਦੀ ਹੈ। ਇਸ ਕਰਕੇ ਅੱਜ ਦੇ ਲੈਕਚਰ ਨੂੰ ਮੈਂ ਚਾਰ ਭਾਗਾਂ ਵਿੱਚ ਵੰਡਿਆ। ਸਭ ਤੋਂ ਪਹਿਲਾਂ ਇਸ ਦੀ ਮੈਂ ਹਿਸਟਰੀ ਦੱਸਾਂਗਾ ਤੁਹਾਨੂੰ, ਜਿਹੜੀ ਹਿਸਟਰੀ ਆਫ NSS ਆ, ਇਸ ਦੀ ਗਰੋਥ ਕਿਸ ਤਰ੍ਹਾਂ ਹੋਈ, ਇਹ ਕਿਵੇਂ ਜਨਮ ਲੈਂਦੀ ਹੈ, NSS ਦੀ ਕਿਉਂ ਲੋੜ ਪਈ ਹੈ। ਬਿਫੋਰ ਪਾਰਟੀਸ਼ਨ, ਪਾਰਟੀਸ਼ਨ ਤੋਂ ਪਹਿਲਾਂ, ਪਾਰਟੀਸ਼ਨ ਕਦੋਂ ਹੁੰਦੀ ਹੈ, 1947, ਬਿਫੋਰ ਦੈਟ ਇੱਕ ਸਾਲ ਹੈ 1937, ਮਹਾਤਮਾ ਗਾਂਧੀ ਜੀ ਦੇ ਨਾਲ ਇਸ ਚੀਜ਼ ਨੂੰ ਮੈਂ ਜੋੜ ਰਿਹਾ। ਮਹਾਤਮਾ ਗਾਂਧੀ ਜੀ ਫਾਦਰ ਆਫ ਨੇਸ਼ਨ, ਸਭ ਨੂੰ ਪਤਾ 1937 ਦੇ ਵਿੱਚ ਬਾਹਰ ਦਾ ਸਕੀਮ ਆ ਜਿਹੜੀ ਉਹ ਲਾਗੂ ਕੀਤੀ ਜਾਂਦੀ ਹੈ। ਸੰਸਥਾ ਦੇ ਵਿੱਚ NSS ਕੈਂਪ ਦੇ ਸਮਾਪਤੀ ਸਮਾਰੋਹ ਦੇ ਵਿੱਚ ਪਹੁੰਚੇ ਅੱਜ ਦੇ ਮੁੱਖ ਮਹਿਮਾਨ ਮਾਨਯੋਗ ਸਰਦਾਰ ਰਣਜੀਤ ਸਿੰਘ ਜੀ ਮਾਨ ਸਾਹਿਬ, ਸਹਾਇਕ ਡਾਇਰੈਕਟਰ ਯੂਥ ਸੇਵਾਵਾਂ ਪੰਜਾਬ, ਉਹਨਾਂ ਦੇ ਨਾਲ ਸਰਦਾਰ ਸੁਖਮੰਦਰ ਸਿੰਘ ਜੀ ਚੱਠਾ ਸਾਹਿਬ, ਮੈਡਮ ਰਣਜੀਤ ਕੌਰ ਜੀ ਮੈਨੇਜਿੰਗ ਡਾਇਰੈਕਟਰ ਸਾਹਿਬ, ਪ੍ਰਿੰਸੀਪਲ ਡਾਕਟਰ ਰਜਿੰਦਰ ਕੁਮਾਰ ਤ੍ਰਿਪਾਠੀ ਜੀ, ਸੀਨੀਅਰ ਪੱਤਰਕਾਰ ਪ੍ਰੋਫੈਸਰ ਹਰਪ੍ਰੀਤ ਸ਼ਰਮਾ ਜੀ ਅਤੇ ਸਾਰੇ ਪ੍ਰੋਗਰਾਮ ਆਫਿਸਰ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ,
ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਸਾਡੇ ਦਰਮਿਆਨ ਜਿਹੜੀ ਅੱਜ ਸ਼ਖਸੀਅਤ ਪਹੁੰਚੀ ਹੈ ਸਰਦਾਰ ਰਣਜੀਤ ਸਿੰਘ ਜੀ ਮਾਨ ਸਾਹਿਬ ਆਪਣੇ ਬਿਜੀ ਸ਼ੈਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲ ਆਏ ਆ। ਵੈਸੇ ਜੇ ਉਹਨਾਂ ਦੀ ਆਪ ਹੀ ਸੰਸਥਾ ਇਹ ਵੀ ਗੱਲ ਜ਼ਰੂਰੀ ਇਹ ਨਹੀਂ ਕਿ ਉਹ ਸਾਡੇ ਮਹਿਮਾਨ ਤਾਂ ਹੈਗੇ ਫੋਰਨ, ਉਹਨਾਂ ਦਾ ਆਪਣਾ ਕਾਲਜ ਆਏ ਆ, ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ 'ਤੇ ਜੀ ਆਇਆਂ ਨੂੰ ਸਰ ਤੁਹਾਨੂੰ ਅਸੀਂ ਕਹਿ ਰਹੇ ਹਾਂ ਜੀ, ਪੂਰੀ ਸੰਸਥਾ ਵੱਲੋਂ ਅਦਾਰਾ ਫਤਿਹ ਗਰੁੱਪ ਆਫ ਇੰਸਟੀਟਿਊਸ਼ਨ ਤੁਹਾਨੂੰ ਜੀ ਆਇਆਂ ਨੂੰ ਆਖਦਾ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਸੀਂ ਇਹੋ ਜਿਹੇ ਫੰਕਸ਼ਨ ਰੱਖਦੇ ਰਹੀਏ, ਤੁਸੀਂ ਵਾਰ ਵਾਰ ਆਉਂਦੇ ਰਹੋ। ਜਿਹੜੀ ਦਾ ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ, ਤੁਹਾਨੂੰ ਸੱਚ ਦੱਸ ਰਿਹਾ ਮੈਂ ਕਿ ਜਿਹਦਾ ਕੋਈ ਭੈਣ ਭਰਾ ਜਿਸ ਦੇ ਘਰ ਦੇ ਵਿੱਚ ਵੀ ਕੂਲੇ ਪਿੱਕ ਬਹੁਤ ਨੇੜੇ, ਇੱਕ ਬਹੁਤ ਹੀ ਸੁਲਝੇ ਤਰੀਕੇ ਨਾਲ ਤੁਹਾਨੂੰ ਦਿੱਤਾ ਜਾ ਰਿਹਾ ਚਿਹਰਾ, ਜਿਸ ਦੇ ਨਾਲ ਤੁਹਾਡੇ ਬ੍ਰੇਨ ਦੇ ਵਿੱਚ ਟੈਸਟੋਸਟੇਰੋਨ ਡੋਪਾਮਾਈਨ ਵਰਗੇ ਕੈਮੀਕਲ ਇੰਬੈਲੈਂਸ ਹੁੰਦੇ ਆ, ਉਹਦਾ ਸਿੱਟਾ ਇਹ ਨਿਕਲਦਾ ਕਿ ਤੁਸੀਂ ਆਉਣ ਵਾਲੀ ਜਨਰੇਸ਼ਨ ਪੈਦਾ ਕਰਨ ਦੇ ਕਾਬਲ ਨਹੀਂ ਹੋਵੋਗੇ। ਕੂਲਿਪ ਬੱਚੇ ਛੋਟੇ ਛੋਟੇ ਮਾਨ ਸਾਹਿਬ 8ਵੀਂ 10ਵੀਂ ਦੇ ਬੱਚੇ, ਲੋਕਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਗੁਜਰਾਤ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਇਹ ਚੀਜ਼ਾਂ ਬਣ ਕੇ ਪੈਕਟਾਂ ਦੇ ਰੂਪ 'ਚ ਤੁਹਾਡੇ ਹੱਥਾਂ 'ਚ ਦਿੱਤੀਆਂ। ਸੋ ਇਹੋ ਜਿਹੇ ਹਾਲਾਤਾਂ 'ਚ ਜਦੋਂ ਜ਼ਹਿਰ ਦੇਣ ਵਾਸਤੇ ਤਰੀਕਾ ਰੋਜ਼ ਦੀ ਰੋਜ਼ ਨਵਾਂ ਬਦਲਦਾ ਹੋਵੇ ਤਾਂ ਸਾਡੀ ਚੁਣੌਤੀ ਕਿੱਡੀ ਵੱਡੀ ਹੋਊਗੀ, ਇਹ ਪੁੱਤਰੋ ਤੁਹਾਨੂੰ ਅੰਦਾਜ਼ਾ ਨਹੀਂ ਲੱਗ ਸਕਦਾ। ਤੁਸੀਂ ਤਾਂ ਨੌਜਵਾਨ ਹੋ ਪਰ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਦੇਖਣੀਆਂ, ਧੀਆਂ ਨੂੰ ਬਰਬਾਦ ਹੁੰਦੇ ਦੇਖਣਾ ਮਾਂ ਪਿਓ ਲਈ ਕਿੱਡਾ ਵੱਡਾ ਬੋਝ ਹੁੰਦਾ ਹੈ, ਇਹਦਾ ਅੰਦਾਜ਼ਾ ਤੁਹਾਨੂੰ ਸਹਿਜ ਨਹੀਂ ਲੱਗ ਸਕਦਾ। ਇਹਦਾ ਅੰਦਾਜ਼ਾ ਤੁਹਾਨੂੰ ਅੱਜ ਤੋਂ 20-25 ਸਾਲ ਜਦੋਂ ਤੁਸੀਂ ਆਪਣੇ ਪਰਿਵਾਰ ਵਸਾਓਗੇ ਤਾਂ ਫਿਰ ਲੱਗੇਗਾ। ਅੱਜ ਦੀ ਗੱਲ ਮੇਰੀ ਨੋਟ, ਕਿਸੇ ਨੂੰ ਕੋਈ ਢਿੱਲ ਮਿਸ ਹੋ ਕੇ ਦਿਖਾਵੇ ਤੇ ਆਪਦੇ ਮਾਂ ਪਿਓ ਨੂੰ ਪੁੱਛੋ ਕਿਸ ਤਰੀਕੇ ਨਾਲ। ਇੱਕ ਬੱਚਾ ਬਿਮਾਰ ਹੋਇਆ ਸੀ ਇੱਥੇ, ਬੱਚੇ ਨੂੰ ਨਾਲ ਦੀ ਨਾਲ ਸੰਭਾਲ ਮਾਨ ਸਾਹਿਬ, ਇੱਥੇ ਇੱਕ ਬੱਚਾ ਬਿਮਾਰ ਹੋਇਆ ਸੀ, ਉਸਦੇ ਪੇਰੈਂਟਸ ਨਾਲ ਮੈਂ ਗੱਲ ਕੀਤੀ ਤੇ ਪੇਰੈਂਟਸ ਨੂੰ ਮੈਨੂੰ ਇਹ ਲੱਗਦਾ ਮੇਰੇ ਨਾਲ ਗੱਲ ਕਰਦੇ ਕਰਦੇ ਨਾਲ ਇਹ ਲੱਗਦਾ ਸੀ ਕਿ ਉਹਨਾਂ ਨੂੰ ਹਾਰਟ ਅਟੈਕ ਆ ਜੂਗਾ, ਇੰਨੀ ਟੈਨਸ਼ਨ ਹੋ ਗਈ ਸੀ ਗੱਲ ਕਰਦੇ ਕਰਦੇ ਨਾਲ। ਚਲੋ ਸਾਡਾ ਰੋਜ਼ ਦਾ ਤਜਰਬਾ ਹੈ, ਅਸੀਂ ਸੰਭਾਲਿਆ, ਉਹਨਾਂ ਦੱਸਿਆ, ਬੱਚਾ ਠੀਕ ਕੀਤਾ, ਉਹਨਾਂ ਦੇ ਸਪੁਰਦ ਕੀਤਾ, ਇੱਕ ਲੱਖ ਬੈਠਣਾ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇੱਕ ਬੱਚੇ ਦੇ ਮਾਂ ਪਿਓ ਨੂੰ ਕਿੰਨਾ ਵੱਡਾ ਦਰਦ ਮਹਿਸੂਸ ਹੁੰਦਾ ਤੇ ਮਾਨ ਸਾਹਿਬ ਜਿਹੜਾ ਤੁਹਾਡੇ ਕੋਲੇ ਮਹਿਕਮਾ ਹੈ, ਜਿਸ ਕੁਰਸੀ ਤੇ ਜਿਸ ਪੋਸਟਰ ਤੇ ਤੁਸੀਂ ਵਿਰਾਜਮਾਨ ਹੋ ਤੁਹਾਡੇ ਸਾਹਮਣੇ ਤਾਂ ਕਿੰਨੀ ਵੱਡੀ ਚੁਣੌਤੀ ਹੈ ਤੇ ਤੁਹਾਡੀ ਜਿੰਨੀ ਵੱਡੀ ਸ਼ਖਸੀਅਤ ਹੈ ਉਹ ਅੱਜ ਅਸੀਂ ਧੰਨ ਮਹਿਸੂਸ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਮਹਿਸੂਸ ਕਰਦੇ ਹਾਂ ਕਿ ਅੱਜ ਰਘਵੀਰ ਸਿੰਘ ਮਾਨ ਵਰਗੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਪੇਸ਼ ਕਰਨ ਵਾਸਤੇ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਮਹਿਸੂਸ ਕਰਦੇ ਹਾਂ। ਕਿਉਂ? ਕਿਉਂਕਿ ਰਣਜੀਤ ਸਿੰਘ ਮਾਨ ਵਰਗੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਤਾਂ ਉਮਰ ਸਾਰੀ ਉਮਰ ਬਚਪਨ ਤੋਂ ਲੈ ਕੇ ਸਕੂਲਾਂ ਦੇ ਗਰਾਊਂਡਾਂ ਤੋਂ ਲੈ ਕੇ ਇੱਕ ਵੀ ਗਰਾਊਂਡ ਨਹੀਂ ਛੱਡੇ, ਇੱਕ ਵੀ ਖੇਡ ਨਹੀਂ ਛੱਡੀ, ਜੇ ਕਬੱਡੀ 'ਚ ਗਏ ਝੰਡੇ ਝੁਲਾਏ। ਤੁਸੀਂ ਕਿਤੇ ਰਣਜੀਤ ਸਿੰਘ ਮਾਨ ਦਾ ਇਤਿਹਾਸ ਕੱਢ ਕੇ ਦੇਖਿਓ ਤੁਹਾਨੂੰ ਫਿਰ ਦੇਖਦੇ ਕਿ ਜੇ ਥਾਵਾਂ ਤੇ ਪਹੁੰਚਣਾ, ਜੇ ਕਿਤੇ ਗੱਲ ਕਰਨੀ ਹੈ ਯੂਥ ਦੇ ਵਿੱਚ ਨੌਜਵਾਨਾਂ 'ਚ ਜਾ ਕੇ ਗੱਲ ਕਰਨੀ ਤਾਂ ਉਹਦੇ ਵਾਸਤੇ ਆਪਣੀ ਜ਼ਿੰਦਗੀ ਨੂੰ ਕਿੰਨੀ ਸਾਧਨਾ ਤੇ ਤਪੱਸਿਆ ਦੇ ਵਿੱਚੋਂ ਨਿਭਾਉਣਾ ਪੈਂਦਾ। ਇਹ ਉਦਾਹਰਨ, ਇਹ ਐਗਜ਼ਾਮਪਲ ਸਾਡੇ ਸਾਹਮਣੇ ਬੈਠੀ ਹੈ ਰਣਜੀਤ ਸਿੰਘ ਮਾਨ। ਕਬੱਡੀ ਦੇ ਸਿਰਮੌਰ ਖਿਡਾਰੀ ਨੇ ਤੰਗੋ ਵਾਲੀ ਪਿੰਡਾਂ 'ਚ ਹੱਥ ਪੈਦਾ ਕਰ ਦਿੱਤਾ,
ਸਰਕਾਰੀ ਅਧਿਆਪਕ ਲੱਗੇ, ਮੇਰੇ ਖਿਆਲ 12 ਸਾਲ ਦੀ ਪੋਸਟ ਲਈ ਸਰ 15 ਸਾਲ ਸਰਕਾਰੀ ਅਧਿਆਪਕ ਬਣੇ, ਸਰਕਾਰੀ ਅਧਿਆਪਕ ਬਣਨਾ ਮਤਲਬ। ਉਸ ਤੋਂ ਬਾਅਦ ਫਿਰ ਵੀ ਇਹ ਲੱਗਿਆ ਕਿ ਯਾਰ ਪ੍ਰਿੰਸੀਪਲ ਬਣ ਜਾਵੇ, ਪਰ ਪੋਸਟਾਂ ਆਈਆਂ ਕਿ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਆ ਪੋਸਟਾਂ ਦੀ ਲੋੜ ਹੈ। ਘੱਟ ਤਨਖਾਹ ਹੋਣ ਦੇ ਬਾਵਜੂਦ ਚੋਇਸ ਕੀਤੀ ਰਘਵੀਰ ਮਾਨ ਨੇ ਕਿ ਨੌਜਵਾਨਾਂ ਦਾ ਭਲਾ ਕਿਵੇਂ ਹੋਵੇ, ਸਮਾਜ ਨੂੰ ਸਿਹਤ ਕਿਵੇਂ ਦਿੱਤੀ ਜਾਵੇ, ਇੱਕ ਨਰੋਆ ਮਜ਼ਬੂਤ ਸਮਾਜ ਕਿਵੇਂ ਪੈਦਾ ਹੋਵੇ, ਉਹਦੇ ਲਈ ਜਿਹੜੀ ਪੋਸਟ ਦੀ ਲੋੜ ਹੈ ਉਹ ਮਾਨ ਸਾਹਿਬ ਨੇ ਉਹ ਚੋਇਸ ਕੀਤੀ, ਕਿਉਂਕਿ ਦਿਲ ਦੇ ਵਿੱਚ ਮੁੱਢ ਤੋਂ ਲੈ ਕੇ ਦੇਖਦੇ ਆ ਰਹੇ ਸੀ ਗਰਾਊਂਡਾਂ 'ਚ ਬੱਚਿਆਂ ਦਾ ਕੀ ਹਾਲ ਹੈ, ਕਿਵੇਂ ਬੱਚਿਆਂ ਦੇ ਵਿੱਚ ਖੇਡ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ, ਕਿਵੇਂ ਬੱਚਿਆਂ ਦੇ ਵਿੱਚ ਆਪਸੀ ਭਾਈਚਾਰਾ, ਏਕਤਾ, ਸਨੇਹ ਤੇ ਮਿਹਨਤ ਕਰਨ ਲਗਨ ਦੀ ਦ੍ਰਿੜਤਾ ਦੀ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ, ਇਹ ਮਨ ਦੇ ਵਿੱਚ ਇਹਨਾਂ ਦੇ ਮੁੜ ਤੋਂ ਇੱਕ ਤਰੀਕੇ ਦਾ ਜਜ਼ਬਾ ਸੀ ਉਹ ਤੁਹਾਡੇ ਵਿੱਚ ਫਲਾਉਣਾ ਚਾਹੁੰਦੇ ਸੀ। ਮੈਨੂੰ ਪਤਾ ਇਹ ਕਹਿਣ ਨਾ ਕਹਿਣ, ਪਰ ਅਸਲੀ ਇਹਨਾਂ ਦੇ ਪਿੱਛੇ ਇਹ ਕਾਰਨ ਸੀ। ਇਹਨਾਂ ਦੇ ਨਾਮ ਤੇ ਬਹੁਤ ਬੰਦੇ ਐਸੇ ਸੀਗੇ ਜਿਹੜੇ ਕਹਿੰਦੇ ਵੀ ਹੁਣ ਤੁਸੀਂ ਪ੍ਰਿੰਸੀਪਲ ਬਣ ਜਾਓਗੇ ਯਾਰ, ਉਹਦਾ ਆਪਣਾ ਇੰਕਰੀਮੈਂਟ ਲੱਗ ਜਾਏਗਾ, ਬਹੁਤ ਵੱਡਾ ਇੰਕਰੀਮੈਂਟ ਹੋ ਜਾਏਗਾ, ਉਹ ਤੁਹਾਡਾ ਜਿਹੜਾ ਹੁੰਦਾ ਸਕੇਲ ਹੈ ਉਹ ਕਿੱਥੇ ਪਹੁੰਚ ਜਾਏਗਾ। ਪਰ ਮਾਨ ਸਾਹਿਬ ਤੁਹਾਨੂੰ ਸਰੂਪ ਹੈ ਰੀਅਲੀ, ਇਹ ਮੈਂ ਕੋਈ ਫੇਕ ਗੱਲ ਨਹੀਂ ਕਰ ਰਿਹਾ, ਮੈਂ ਕੋਈ ਇਹਨਾਂ ਦੀ ਮੂੰਹ ਤੇ ਤਰੀਫ ਨਹੀਂ ਕਰ ਰਿਹਾ, ਜਿਹੜੀ ਕਿ ਆਮ ਤੌਰ ਤੇ ਕੈਂਪਾਂ ਦੇ ਵਿੱਚ ਜਦੋਂ ਜਾਂਦੇ ਆ ਤਰੀਫ ਤੇ ਇਹਨਾਂ ਨੂੰ ਜਲਦੀ ਮਿਲਦੀ ਹੈ, ਪਰ ਇਹ ਸਾਕਸ਼ਾਤ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਬਿਠਾ ਕੇ ਇਹਨਾਂ ਦੀਆਂ ਗੱਲਾਂ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਕਿਹੜੇ ਕਿਹੜੇ ਰਸਤਿਆਂ ਦੇ ਵਿੱਚੋਂ ਲੰਘਣਾ ਪੈਂਦਾ, ਕਿਹੜੇ ਕਿਹੜੇ ਤਿਆਗ ਕਰਨੇ ਪੈਂਦੇ ਆ, ਕਿਵੇਂ ਜਾਗਣਾ ਪੈਂਦਾ ਹੈ, ਤੇ ਕਿਸ ਕਿਸ ਦਿਲ ਨਿਸ਼ਚਾ ਦੇ ਨਾਲ ਮਿਹਨਤ ਕਰਕੇ ਪੋਸਟਾਂ ਦੇ ਉੱਤੇ ਪਹੁੰਚ ਕੇ ਅੱਜ ਸਾਡੇ ਭਰਾ ਦੀ, ਅੱਜ ਮੈਂ ਭਰਾ ਕਹੂੰਗਾ ਮੇਰੇ ਵੱਡੇ ਭਰਾ ਦੀ ਜਿਹੜੀ ਇੱਜ਼ਤ ਹੈ, ਜਿਹੜਾ ਸਤਿਕਾਰ ਹੈ, ਜਿਹੜਾ ਮਾਣ ਹੈ ਕਿ ਅੱਜ ਜਿਹੜੇ ਮਰਜ਼ੀ ਲੀਡਰ ਨੂੰ, ਜਿਹੜੀ ਮਰਜ਼ੀ ਸਰਕਾਰ ਆ ਜੇ, ਇਹ ਹਰੇਕ ਸਰਕਾਰ 'ਚ ਜਿਹੜੇ ਮਰਜ਼ੀ ਨੇਤਾ ਨੂੰ, ਜਿਹੜੇ ਮਰਜ਼ੀ ਮੰਤਰੀ ਨੂੰ, ਜਿਹੜੇ ਮਰਜ਼ੀ ਆਫਿਸਰ ਨੂੰ, ਜਿਹੜੇ ਜੋ ਕਹਿ ਦੇਣ ਪਾ ਲੈਂਦਾ, ਇਹ ਕਿਰਦਾਰ ਪਾਇਆ, ਇਹ ਬੰਦਿਆਂ ਦੇ ਕਿਰਦਾਰ ਹੁੰਦੇ ਆ ਕਿ ਜਦੋਂ ਜਿਹੜੀ ਗੱਲ ਕਹਿ ਦੇਣ, ਹਾਂਜੀ ਰਘਵੀਰ ਸਿੰਘ ਮਾਨ ਜੀ ਨੂੰ ਜ਼ਿੰਮੇਵਾਰੀ ਲਾ ਦਿਓ, ਉਹ ਕਰ ਦੇਣਗੇ, ਕੋਈ ਸ਼ੱਕ ਨਹੀਂ, ਕੋਈ ਨੁਕਸ ਨਹੀਂ ਕੰਮ 'ਚ, ਸਿਰਾ ਲਾਣ ਦੇ ਕੰਮ ਦੇ ਵਿੱਚ, ਕਿਉਂਕਿ ਪਿਆਰ ਇੰਨਾ ਵੰਡਿਆ, ਕਿਉਂਕਿ ਕੰਮ ਦੇ ਵਿੱਚੋਂ ਦੀ ਗੁਜ਼ਰੇ ਆ, ਸ਼ੁਰੂ ਤੋਂ ਲੈ ਕੇ, ਬਚਪਨ ਤੋਂ ਲੈ ਕੇ, ਏ ਤੋਂ ਲੈ ਕੇ, ਛੋਟੇ ਛੋਟੇ ਬੱਚਿਆਂ ਦੀਆਂ ਫੀਲਿੰਗਸ ਤੋਂ ਲੈ ਕੇ ਨੌਜਵਾਨਾਂ ਦੀਆਂ, ਬਜ਼ੁਰਗਾਂ ਦੀਆਂ ਫੀਲਿੰਗ ਤੱਕ ਮਹਿਸੂਸ ਕੀਤੀਆਂ, ਹਰ ਖੇਤਰ 'ਚ ਮਹਿਸੂਸ ਕੀਤੀਆਂ, ਉਹ ਮਹਿਸੂਸ, ਉਹ ਜਿਹੜੀ ਇਹਨਾਂ ਦੀ ਫੀਲਿੰਗ ਹੈ ਉਹ ਇਹਨਾਂ ਨੂੰ ਨਿਪੁੰਨ ਬਣਾਉਂਦੀ ਹੈ, ਕਿਉਂਕਿ ਤਜਰਬਾ ਗਰਾਊਂਡ ਦਾ ਤਜਰਬਾ, ਡਾਊਨ ਟੂ ਅਰਥ ਜਿਵੇਂ ਬਰਾੜ ਸਾਹਿਬ ਨੇ ਕਿਹਾ, ਉਹ ਡਾਊਨ ਟੂ ਅਰਥ ਹੋਲਦਾ, ਅਤੇ ਜਿਨ੍ਹਾਂ ਦੇ ਇਹ ਕਿਰਦਾਰ ਹੋਣ ਅਤੇ ਜ਼ਿੰਦਗੀ 'ਚ ਕਦੇ ਮਾਫ ਨਹੀਂ ਖਾਂਦੇ ਅਤੇ ਚੜ੍ਹਦੇ ਤੁਰੇ ਜਾਂਦੇ ਆ। ਮੈਂ ਜ਼ਿਆਦਾ ਸਮਾਂ ਤੁਹਾਡੇ ਤੋਂ ਮੈਂ ਨਾ ਲੈਂਦਾ ਹੋਇਆ, ਮੈਂ ਅੱਜ ਚਹਿਤ ਨੂੰ ਮਸ਼ਹੂਰ ਹਾਂ, ਮਾਨ ਸਾਹਿਬ ਕੈਂਪ ਬਹੁਤ ਸੋਹਣਾ ਲੱਗਿਆ ਮੈਨੂੰ, ਇਹਨਾਂ ਬੱਚਿਆਂ 'ਤੇ ਵੀ ਮਾਣ ਹੈ ਜਿਨ੍ਹਾਂ ਦੇ, ਮੈਨੂੰ ਤੁਹਾਡੇ ਮਾਂ ਪਿਓ 'ਤੇ ਵੀ ਮਾਣ ਹੈ, ਤੁਹਾਡੇ 'ਚ ਨੁਕਸ ਰਹੇ ਹੋਣਗੇ, ਤੁਹਾਨੂੰ ਘੂਰਿਆ ਡਾਂਟਿਆ ਹੋਊਗਾ, ਪਰ ਤੁਸੀਂ ਜ਼ਿੰਦਗੀ 'ਚ ਪੁੱਤਰੋ ਯਾਦ ਕਰੋਗੇ ਕਿ ਸਾਨੂੰ ਇਹ ਡਾਂਟ ਹੈ ਜਿਹੜੀ ਉਹ ਕਿੰਨੀ ਕੀਮਤੀ ਡਾਂਟ ਸੀ, ਕਿਸੇ ਵੀ ਮੈਡਮ ਨੇ, ਟੀਚਰ ਨੇ, ਪ੍ਰੋਗਰਾਮ ਆਫਿਸਰ ਨੇ, ਸਾਡੀ ਆਫਿਸਰ ਕਾਪੀ ਜਿਹੜੀ ਦਿਨ ਰਾਤ ਇੱਕ ਕਰਕੇ ਤੁਹਾਡਾ ਖਿਆਲ ਰੱਖ ਰਹੀ ਸੀ। ਯਾਰ ਸੋਚ ਕੇ ਦੇਖੋ, ਤੁਹਾਡੇ ਵਾਸਤੇ ਆਪਣੇ ਪਰਿਵਾਰ ਛੱਡ ਕੇ ਇੱਥੇ ਰਾਤ ਨੂੰ ਪਹਿਰੇ ਦੇ ਕੇ ਤੁਹਾਡੀ ਰਾਖੀ ਕਰਨੀ, ਤੁਹਾਨੂੰ ਰੋਟੀ ਟੁੱਕ ਬਣਾਉਣ ਦਾ ਵੱਧ ਦੱਸਣਾ, ਇੱਕ ਦੂਜੇ ਨੂੰ ਇਕੱਠੇ ਬਿਠਾਉਣਾ, ਬੋਲ ਬਾਣੀ ਠੀਕ ਕਰਨੀ, ਤੁਹਾਨੂੰ ਇਕੱਠੇ ਕੰਮ ਕਰਨ ਦੇ ਵੱਧ ਦੇਣੇ,
ਜਗਾਉਣਾ, ਗਰਾਊਂਡ 'ਚ ਲੈ ਕੇ ਜਾਣਾ, ਰਾਤ ਨੂੰ ਸੁਣਾਉਣਾ, ਤੁਹਾਨੂੰ ਚੁੱਪ ਕਰਾਉਣਾ, ਯਾਰ ਇਹ ਐਕਸਟਰਾ ਕੰਮ ਹੈ। ਸਹਿ ਸਕਦਾ ਇਹਨਾਂ ਦਾ ਬਥੇਰੀਆਂ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਲੋੜ ਨਹੀਂ ਮਹਿਸੂਸ ਹੁੰਦੀ। ਤੁਸੀਂ ਪਤਾ ਕਰ ਲਿਓ ਤੁਹਾਡੇ ਯਾਰ ਦੋਸਤ ਸੰਗੀਆਂ ਸਹੇਲੀਆਂ ਤੁਹਾਡੀਆਂ ਪੜ੍ਹਦੀਆਂ ਹੋਣਗੀਆਂ, ਪੜ੍ਹਦੇ ਹੋਣਗੇ ਵੱਖ ਵੱਖ ਕਾਲਜਾਂ 'ਚ, ਕਿੰਨੇ ਕੁ ਬੱਚਿਆਂ ਨੂੰ ਇਹ ਫੀਲਿੰਗ ਦਾ ਅਹਿਸਾਸ, 7 ਦਿਨਾਂ ਦਾ ਅਹਿਸਾਸ ਕਰਾਇਆ ਜਾਂਦਾ ਹੈ। ਵੱਡੀਆਂ ਵੱਡੀਆਂ ਦਿੱਗਜ ਸੰਸਥਾਵਾਂ ਦੇ ਵਿੱਚ ਬੱਚਿਆਂ ਨੂੰ ਰੱਖਣ ਵਾਸਤੇ ਹੱਥ ਖੜੇ ਕਰ ਜਾਂਦੇ ਹੈ ਟੀਚਰ, ਅਧਿਆਪਕ, ਪ੍ਰੋਗਰਾਮ ਆਫਿਸਰ। ਪਰ ਇਹ ਤੁਹਾਡਾ ਡਿਸਿਪਲਨ ਸੀ, ਮਾਨਸਾ ਮਾਨ ਹੈ, ਸੱਚੀ ਬਹੁਤ ਡਿਸਿਪਲਨ ਦਿੱਤਾ। ਅੱਜ ਮੇਰੇ ਗੱਲ, ਮੈਂ ਅੱਜ ਦੇ ਦਿਨ ਤੇ ਮੈਨੂੰ ਲੱਗਦਾ ਮੈਂ ਗੱਲ ਕਰਦੇ ਹਾਂ ਬੱਚਿਆਂ ਨੂੰ, ਅਸੀਂ ਜਿੱਥੇ ਪੜ੍ਹਾਤਾ ਉਹ ਅਰਨ ਜੀ ਆਏ, ਅਰਨ ਜੀ ਆ ਕੇ ਤੇ ਅਸੀਂ ਕਾਲ ਦਾ ਗੇੜਾ ਖੜਾਇਆ। ਉਧਰ ਬੱਚੇ ਖੇਡਦੇ ਫਿਰਦੇ ਸੀ, ਉਧਰ ਖੇਡਦੇ ਫਿਰਦੇ ਸੀ, ਉਸ ਟਾਈਮ 'ਤੇ ਆਏ ਸੀ ਜਦੋਂ ਬੱਚਿਆਂ ਨੂੰ ਚਾਰ ਬ੍ਰੇਕ ਸੀ ਖੇਡਦੇ ਸੀ। ਅਸੀਂ ਕਿਹਾ ਬੱਚਿਓ ਉੱਥੇ ਚਲੋ, ਅਤੇ ਉਹਨਾਂ ਕਮੈਂਟ ਮਤਲਬ ਕੀ ਸੀ, ਕਹਿੰਦਾ ਯਾਰ ਮੈਂ ਹੈਰਾਨ ਹਾਂ ਇੱਥੋਂ ਦੀ ਇੱਕ ਵਾਰ 'ਚ ਬੱਚੇ ਮਿੰਟ 'ਚ ਇਕੱਠੇ ਹੋਏ ਸੀ। ਜਿਸ ਵਾਰ ਇਹ ਸੋ ਤੁਹਾਡੇ 'ਚੋਂ ਜੋ ਹੁਣ ਸਾਹਮਣੇ ਆਏ ਆ, ਬੱਚੇ 'ਚ ਕਮੀਆਂ ਹੋਣਗੀਆਂ, ਸਾਡੇ 'ਚ ਕਮੀਆਂ ਰਹਿ ਗਈਆਂ ਹੋਣਗੀਆਂ, ਪਰ ਓਵਰਆਲ ਜਿਹੜਾ ਸੈਂਸ ਹੈ ਉਹ ਮੈਂ ਕਹੂੰਗਾ, ਮੈਂ ਕਹਿੰਦਾ ਵੀ ਬਹੁਤ ਸਫਲ, ਬਹੁਤ ਕਾਮਯਾਬ, ਸੋਹਣੇ ਸੰਦੇਸ਼ ਤੁਸੀਂ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਇਹ ਕੈਂਪ ਸ਼ੁਰੂਆਤ ਕੀਤੀ ਸੀ, ਅਤੇ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਤੁਸੀਂ ਇਹ ਕੈਂਪ ਨੂੰ ਸੰਪੂਰਨ ਨਿਰਵਿਘਨ ਔਰ ਸਹੀ ਭਾਵਨਾ ਦੇ ਨਾਲ ਸਿਰੇ ਲਾਇਆ ਹੈ। ਸਾਰੇ ਵਿਦਿਆਰਥੀ ਵਧਾਈ ਦੇ ਪਾਤਰ ਹੈ, ਅਤੇ ਮਾਨ ਸਾਹਿਬ ਸਾਡੀ ਖੁਸ਼ੀ 'ਚ ਵਧਦਾ ਕਿ ਤੁਸੀਂ ਆਏ ਇਸ ਕੈਂਪ ਨੂੰ ਚਾਰ ਕਰਨ ਲੱਗੇ ਕਿ ਤੁਹਾਡੇ ਸਮੋਖੇ ਬੱਚਿਆਂ ਨੂੰ ਕਿ ਸੋ ਤੁਹਾਨੂੰ ਇੱਕ ਵਾਰੀ ਫਿਰ ਹਾਰਦਿਕ ਜੀਓ ਆ ਭਰਾਵੀ ਤੌਰ 'ਤੇ, ਅਤੇ ਤੁਸੀਂ ਆਪਣੇ ਆਪਣੇ ਲਈ, ਆਪਣੇ ਪਰਿਵਾਰਾਂ ਲਈ, ਆਪਣੇ ਪ੍ਰੋਗਰਾਮ ਆਫਿਸਰ ਲਈ, ਸਾਰੀ ਟੀਮ ਲਈ ਜਿਨ੍ਹਾਂ ਨੇ ਤੁਹਾਨੂੰ ਜਬ ਤੱਕ ਫੋਨ ਰੱਖਿਆ, ਸਾਰੀ ਟੀਮ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਲਾਓ। ਤੁਹਾਡਾ ਵੀ ਸਾਰਿਆਂ ਦਾ ਮੇਰੇ ਵੱਲੋਂ ਫਤਿਹ ਗਰੁੱਪ ਆਫ ਇੰਸਟੀਟਿਊਸ਼ਨ ਦੇ ਕੰਮ ਕੰਮ ਵੱਲੋਂ ਪੱਧਰੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ, ਬਹੁਤ ਮਿਹਰਬਾਨੀ। ਕੋਈ ਪੜ੍ਹਾਤਾ, ਇੱਕ ਲੈਸਨ ਪੜ੍ਹਾਤਾ, ਉਹ ਤੁਸੀਂ ਕਰਨੇ, ਉਹ ਕੰਮ ਹੈ ਤੁਹਾਡਾ, ਤੁਸੀਂ ਜਾ ਕੇ ਕਰ ਲਿਆ, ਉਹ ਤੋਂ ਹਟ ਕੇ ਕੀ ਕਰਦੇ? ਉਹ ਮਿਹਨਤ, ਰਾਤਾਂ ਨੂੰ ਜਾਗ ਕੇ, ਸਵੇਰੇ ਰਜਾਈ ਦਾ ਨਿੱਕ ਛੱਡ ਕੇ ਜਿਹੜੇ 3 ਵਜੇ ਉੱਠਦੇ ਨੇ, ਉਹ ਮਿਹਨਤ ਹੈ, ਅਤੇ ਉਹ ਬੰਦੇ ਸਫਲ ਹੁੰਦੇ ਆ। ਦੁਨੀਆਂ ਦੀ ਕੋਈ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ ਸਫਲ ਹੋਣ ਤੋਂ, ਜਿਹੜੇ ਮਿਹਨਤ ਕਰਦੇ। ਤੁਹਾਡੇ ਅੰਦਰ ਇੰਨਾ ਵੱਡਾ ਗੁਣ ਹੈ, ਤੁਹਾਡੇ ਅੰਦਰ ਇੰਨੀ ਸ਼ਕਤੀ ਹੈ ਕਿ ਜੇ ਤੁਸੀਂ ਇਹ ਸਮਝ ਲਓ ਕਿ ਮੈਂ ਇਹ ਕਰਨਾ ਅਤੇ ਕਰ ਸਕਦਾ, ਕੋਈ ਦੁਨੀਆਂ ਦੀ ਤਾਕਤ ਰੋਕ ਨਹੀਂ ਸਕਦੀ। ਇੱਕ ਵਾਰੀ ਅਮਰੀਕਾ ਦੇ ਇੱਕ ਸਕੂਲ ਅੱਗ ਲੱਗ ਗਈ, 8 ਸਾਲ ਦਾ ਇੱਕ ਬੱਚਾ ਜਿਹੜਾ 8ਵੀਂ ਕਲਾਸ ਦਾ, ਉਹਦੇ ਪੈਰ ਸੜ ਗਏ, ਦੋਨੇ ਪੈਰ ਮੱਚ ਗਏ। ਡਾਕਟਰਾਂ ਨੇ ਲਿਖ ਕੇ ਦੇਤਾ ਕਿ ਇਹ ਬੱਚਾ ਚੱਲ ਨਹੀਂ ਸਕਦਾ ਜ਼ਿੰਦਗੀ ਭਰ, ਪਰ ਉਹ ਬੱਚੇ ਨੂੰ ਇਹ ਲੱਗਦਾ ਸੀ ਕਿ ਮੈਂ ਫੇਰ ਹੋ। ਚੱਠਾ ਸਾਹਿਬ ਅਤੇ ਪ੍ਰੋਫੈਸਰ ਸਾਹਿਬ ਜਦੋਂ ਬੋਲ ਰਹੇ ਸੀ, ਪਿੱਛੇ ਕੋਈ ਤਾਕੀ ਹੁੰਦੀ ਤਾਂ ਸ਼ਾਇਦ ਮੈਂ ਪਿੱਛੇ ਦੀ ਨਿਕਲ ਜਾਣਾ ਸੀ। ਆਪਣੇ ਨੇ ਕਈ ਵਾਰੀ ਆਪਣੇ ਆਪ ਦੇ ਲਈ ਥੋੜ੍ਹਾ ਜਿਹਾ ਕਹਿ ਜਾਂਦੇ ਨੇ, ਤੁਹਾਨੂੰ ਲੱਗਿਆ ਹੋਣਾ ਜੀ ਜਮੀਨ ਦਾ ਇੰਨਾ ਲੱਗਦਾ ਤਾਂ ਹੈ ਨਹੀਂ ਬੰਦਾ, ਇਹ ਥੋੜ੍ਹਾ ਜਿਹਾ ਕਰ ਜਾਂਦੇ ਨੇ, ਪਰ ਕਰਨਾ ਪੈਂਦਾ ਹੈ, ਕੀ ਗੱਲ ਕਰੀਏ ਹੈ ਨਾ। ਸਹਾਇਤਾ ਕਰਨਾ ਉਹਨਾਂ ਦੇ ਕੁਰਬਾਨੀ ਨੂੰ, ਲਸਾਨੀ ਕੁਰਬਾਨੀ
ਇਹਨੇ ਬੱਚਿਆਂ ਦੇ ਕੋਈ 7 ਸਾਲ ਦਾ ਬੱਚਾ ਕਿੰਨਾ ਉਹਨੂੰ ਡਰਾਇਆ ਧਮਕਾਇਆ ਗਿਆ। ਕੱਲ ਮੈਂ ਸੁਣ ਰਿਹਾ ਸੀ ਕਹਿੰਦੇ ਸਿਰਫ ਇਹ ਨੀ ਗਾ ਕਿ ਉਹਨਾਂ ਨੂੰ ਉੱਥੇ ਲਿਆ ਕੇ ਰੱਖਿਆ ਗਿਆ, ਤੁਰਨਿਆਂ ਚੁਰ ਦਿਆਂਗੇ, ਉਹਨਾਂ ਦੇ ਬੱਚੇ ਵੀ ਮਾਰੇ ਗਏ, ਉਹਨਾਂ ਨੂੰ ਬੰਨਿਆ ਵੀ ਗਿਆ। ਇੱਕ ਤਾਂ ਜੇ ਬੋਲ ਰਿਹਾ ਸੀ ਕਿ ਪਹਿਲਾਂ ਉਹਨਾਂ ਨੂੰ ਬੋਰਿਆਂ ਦੇ ਵਿੱਚ ਵੀ ਬੰਦ ਕਰਕੇ ਤੇ ਮਿਰਚਾਂ ਵੀ ਖਾਈ। ਪਰ 7 ਸਾਲ ਦਾ ਬੱਚਾ, 9 ਸਾਲ ਦਾ ਬੱਚਾ ਅਡੋਲ ਰਹਿਣਾ ਕੋਈ ਆਮ ਸਾਰੇ ਬੱਚੇ ਨਹੀਂ ਸੀ। ਸਹਿਜਾਦੇ ਸਹਿਜਾਦੇ ਸਾਡੇ ਉਹਨਾਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹਾਂ। ਕੈਂਪ ਦੀਆਂ ਪਹਿਲੇ ਦਿਨ ਤੋਂ ਮੈਂ ਕੈਂਪ ਦੇ ਨਾਲ ਜੁੜਿਆ ਹੋਇਆ, ਤੁਹਾਡੀ ਹਰ ਐਕਟੀਵਿਟੀ ਮੈਂ ਦੇਖੀ ਫੋਨ ਤੇ, ਹਰ ਇੱਕ ਫੋਟੋ ਮੈਂ ਚੈੱਕ ਕੀਤੀ, ਤੁਹਾਡੇ ਗੁਰਦੁਆਰਾ ਸਾਹਿਬ ਵਾਲੀ ਸਫਾਈ ਵੀ ਦੇਖੀ। ਅਰਗਤ ਕੁਮਾਰ ਜਿਸ ਦਿਨ ਆਏ ਸੀ ਮੈਂ ਉਸ ਦਿਨ ਆਉਣਾ ਸੀ, ਪਰ ਮੇਰੀ ਡਿਊਟੀ ਫਰੀਦਕੋਟ ਫਿਰੋਜ਼ਪੁਰ ਦੇ ਕੈਂਪਾਂ 'ਚ ਲੱਗੀ ਸੀ, ਮੈਂ ਉੱਥੇ ਚਲਾ ਗਿਆ। ਮੈਂ ਚੱਠਾ ਸਾਹਿਬ ਨੂੰ ਜਦੋਂ ਬਾਲਿਆਂ ਵਾਲੀ ਅਸੀਂ ਸ਼ੁਰੂ ਕੀਤਾ, ਇਹਨਾਂ ਦੇ ਕਾਲਜ ਜਦੋਂ ਮੇਰੀ ਪੋਸਟਿੰਗ ਬਾਲਿਆਂ ਵਾਲੀ ਹੁੰਦੀ ਸੀ, ਉੱਥੋਂ ਅਸੀਂ ਇਕੱਠੇ ਤੁਰੇ ਹਾਂ। ਮਿਹਨਤ ਕਰਦੇ ਦੇਖਿਆ ਨਾ ਤੇ ਤੁਹਾਡੇ ਸਾਹਮਣੇ ਏਡੀ ਵੱਡੀ ਉਦਾਹਰਨ ਮੈਨੂੰ ਨਹੀਂ ਲੱਗਦਾ ਕੋਈ ਮਿਲ ਸਕਦੀ ਹੈ। ਤੁਹਾਡੇ ਵਿੱਚ ਵਿਚਰਨ ਵਾਲੇ ਇਨਸਾਨ ਇੱਕ ਆਮ ਪਰਿਵਾਰ ਚੋਂ ਚੱਲ ਕੇ ਕਿਸੇ ਏਡੀ ਵੱਡੀ ਸੰਸਥਾ ਦੇ ਐਮਡੀ ਤੱਕ ਪਹੁੰਚਣਾ ਤੇ ਉਹਨਾਂ ਦੀ ਲਾਈਫ ਨੂੰ ਤੁਸੀਂ ਦੇਖ ਕੇ ਜੇ ਉਹਨਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲਓ ਤਾਂ ਮੈਨੂੰ ਨਹੀਂ ਲੱਗਦਾ ਕੋਈ ਫੇਲ ਹੋਊਗਾ ਜ਼ਿੰਦਗੀ ਚ। ਕੁਛ ਇਹੋ ਜਿਹਾ ਕੋਈ ਦੁਨੀਆਂ ਦੀ ਤਾਕਤ ਨਹੀਂ ਜਿਹੜੀ ਤੁਹਾਨੂੰ ਸਫਲ ਹੋਣ ਤੋਂ ਰੋਕ ਲੂ। ਤੁਸੀਂ ਭਾਗਾਂ ਵਾਲੇ ਹੋ ਜਿਹੜੇ ਇਹੋ ਜਿਹੇ ਇਨਸਾਨਾਂ ਦੇ ਨਾਲ ਤੁਹਾਨੂੰ ਵਿਚਰਨ ਦਾ ਮੌਕਾ ਮਿਲਦਾ। ਮੈਂ ਬਹੁਤ ਸਾਰੇ ਐਮ ਜੀ ਨੂੰ ਜਾਣਦਾ ਜਿਹੜੇ ਸਿਰਫ ਜਦੋਂ ਟਾਈਮ ਉਹਨਾਂ ਦਾ ਹੁੰਦਾ ਹੈ ਆ ਕੇ ਘੰਟਾ 2 ਘੰਟੇ ਦਫ਼ਤਰਾਂ ਚ ਬਹਿੰਦੇ ਨੇ ਤੇ ਅਹੀ ਜੀ ਠੰਡ ਦੇ ਵਿੱਚ ਜਿਹੜੇ ਉਸ ਕੈਂਪ ਦੇ ਵਿੱਚ ਰਾਹਤ ਨੂੰ ਵਿਚਰਦੇ ਨੇ ਤੁਹਾਡੇ ਨਾਲ ਕਿਹੜਾ ਦਿੰਦੇ ਨੇ, ਸਿਰਫ ਉਹਨਾਂ ਦੀ ਇਹ ਹੱਥੋਂ ਹੈ ਕਿ ਇਹਨਾਂ ਕੋਲ ਕੋਈ ਘਾਟ ਹੋਣਾ ਚਾਹੀਦਾ। ਸੋ ਇੱਕ ਵਾਰੀ ਸਾਰੀ ਮੈਨੇਜਮੈਂਟ ਲਈ ਤੇ ਚੱਠਾ ਸਾਹਿਬ ਦੀ ਜ਼ੋਰਦਾਰ ਤਾੜੀਆਂ ਲਓ। ਦੂਜੀਆਂ ਤਾੜੀਆਂ ਤੁਹਾਡੇ ਲੈਂਦੇ ਬਠਿੰਡੇ ਦੇ ਵਿੱਚ 60 ਯੂਨਿਟਾਂ ਦੀ ਤੇ 35-40 ਯੂਨਿਟਾਂ ਦੇ ਮੈਨੂੰ ਇਸ ਲਈ ਫੋਨ ਆ ਗਏ ਕਿ ਸਰ ਕੋਈ ਇਹੋ ਜਿਹਾ ਪ੍ਰਬੰਧ ਕਰ ਦਿਓ, ਕੁੜੀਆਂ ਰਾਤ ਨੂੰ ਅਸੀਂ ਰੱਖ ਨਹੀਂ ਸਕਦੇ। ਦੋ ਕੈਂਪ ਆਪਣੇ ਪਹਿਲਾਂ ਚੱਲੇ ਨੇ, ਉਹ ਇਕੱਲਿਆਂ ਕੁੜੀਆਂ ਦੇ ਕਾਰਨ ਸੀ, ਉੱਥੇ ਉਹ ਕੁੜੀਆਂ ਰਹੀਆਂ ਨੇ ਤੇ ਅਸਲੇ ਬਾਕੀਆਂ ਦੀ ਹਿੰਮਤ ਹੀ ਨਹੀਂ ਪਈ ਇਸ ਗੱਲ ਦੀ ਕਿ ਰਾਤ ਨੂੰ ਕੁੜੀਆਂ ਰੱਖ ਕੇ ਅਸੀਂ ਕੈਂਪ ਲਾ ਲਈਏ। ਇਹ ਤੁਹਾਡੇ ਕਿਸਮਤ ਚ ਆਇਆ, ਤੁਸੀਂ ਭਾਗਾਂ ਨੇ ਜਿਹੜੇ ਇਸ 7 ਦਿਨ ਇਸ ਕੈਂਪ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ। ਨਹੀਂ ਤਾਂ ਬਸ ਕਹਿੰਦੇ ਜੀ ਕੋਈ ਨੀ 4 ਵਜੇ ਭੇਜ ਦਿਆਂਗੇ ਜੀ, 2 ਵਜੇ ਭੇਜ ਦਿਆਂਗੇ। ਮੈਨੂੰ ਪਹਿਲੇ ਦਿਨ ਚਾਹੀਦਾ, ਮੈਂ ਮਾਨਸਾ ਦੇ ਕੈਂਪ ਚੈੱਕ ਕਰਨ ਗਿਆ ਡਾਈ ਪਹਿਲਾ ਦਿਨ ਉੱਥੇ ਕੈਂਪ ਦਾ ਸੀ, ਮੈਂ ਫੋਨ ਕੀਤਾ ਕਿ ਅੱਜ ਤੁਹਾਡੇ ਕੈਂਪ ਸਟਾਰਟ ਹੈ ਜਦ ਮੈਂ ਬਾਕੀ ਕੈਂਪ ਚੈੱਕ ਕਰਨੇ ਮੈਂ ਆਉਣਾ ਹੈ ਤਾਂ 1:30 ਵਜੇ ਉਹ ਕਹਿੰਦੇ ਜੀ ਅਸੀਂ ਅਸੀਂ ਬੱਚੇ ਭੇਜਦੇ 1:30 ਵਜੇ ਬੱਚੇ ਘਰਾਂ ਨੂੰ ਜਾ ਕੇ ਲਾ ਕੇ ਕਲਾਸ ਕਹਿ ਰਹੇ ਨੇ ਕੈਂਪ ਸਾਡਾ ਰਿਸ਼ਤਾ ਹੈ। ਇਹੋ ਜਿਹੇ ਕੈਂਪ ਵੀ ਲੱਗਦੇ ਨੇ ਪਰ ਤੁਹਾਡੇ ਵਰਗੇ ਕੈਂਪ ਲਾਉਣੇ ਹਰ ਇੱਕ ਲਵਸਤਾ ਰੋਲੀ ਹੈ ਤਾਂ ਲੱਗਦੇ ਨੇ ਜੇ ਸਾਨੂੰ ਸਹੀ ਹੱਥਾਂ ਚ ਮੈਨੇਜਮੈਂਟ ਹੈ ਜਿਹੜੇ ਚਾਹੁੰਦੇ ਨੇ ਕਿ ਬੱਚਿਆਂ ਨੂੰ ਤੁਸੀਂ ਮਿਲੇ ਸਾਰਾ ਹਿੰਦੂ ਕਰਵਾਇਆ। ਸੋ ਹੁਣ ਮੈਂ ਜ਼ਿਆਦਾ ਸਮਾਂ ਲੈਂਦਾ ਹੋਇਆ ਸਾਡੇ ਵਿੱਚੋਂ
ਇੱਕ NSS ਵਲੰਟੀਅਰ ਵਿਦਿਆਰਥੀ ਸੋਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣਾ ਗੀਤ ਸਾਡੇ ਨਾਲ ਸਾਂਝਾ ਕਰਨ। ਜੱਸਾ ਸਿੰਘ ਆਲੂਗੜੀ ਨਹੀਂ, ਜੱਸਾ ਸਿੰਘ ਰਾਮਗੜੀ ਟੋਡੀ ਦੇ ਪਰ ਰਾਤ ਦੀ ਵਿਚਾਰ ਮਾੜੀ ਬਹੁਤੀ ਹਾਲਾ ਕਾਣ ਮਾੜੀ ਘਰ ਚ ਦਰਾਣ ਮਾੜੀ ਵੱਡੀਆਂ ਪਵਾਉਂਦੀ ਹੈ ਹੋ ਛੇਜੋ ਜਸ਼ੀਲੇ ਮਾੜੇ ਏਰੀਏ ਰਤੀਲੇ ਮਾੜੇ ਹੋਵੇਗਾ ਕਬੀਲੇ ਮਾੜੇ ਸਮਝ ਨਾ ਆਉਂਦੀ ਹੈ ਬਾਣੀਆਂ ਦੇ ਮਿੱਠਾ ਬੋਲੂ ਜਾਪਦਾ ਹੈ ਖਰਾ ਤੋਲੂ ਕਲਮਾਂ ਦਾ ਵਾਰ ਜੀ ਦਾ ਵਹਿਰੀ ਸੱਟ ਮਾਰਦਾ ਬੰਦਾ ਦੇ ਜਨਾਨੀ ਪਿੱਛੇ ਨਸ਼ਾ ਦੇ ਜਵਾਨੀ ਪਿੱਛੇ ਲੱਗ ਜੀ ਦਾ ਕਿਸੇ ਦਾ ਉਹ ਕੱਖ ਨਹੀਂ ਸਵਾਰਦਾ ਗੋਲ ਦੇ ਕਟੀਲੇ ਹੁੰਦੇ ਬਾਹਲੇ ਬਾਹਰ ਪੀਲੇ ਅੱਖਾਂ ਛੋਟੀਆਂ ਦੇ ਨਾਰਾ ਘਰੇ ਮਿੱਠੀਆਂ ਹੀ ਹੁੰਦੀਆਂ ਨਿੰਮ ਦੀਆਂ ਦਾਤਰਾਂ ਨਾਲ ਫੈਲਦਾ ਨੀ ਜ਼ਹਿਰ ਕਦੇ ਖੰਡ ਖਾਣ ਨਾਲ ਜੀਭਾਂ ਮਿੱਠੀਆਂ ਨਹੀਂ ਹੁੰਦੀਆਂ ਨਿੰਮ ਦੀਆਂ ਦਾਤਰਾਂ ਨਾਲ ਫੈਲਦਾ ਨੀ ਜ਼ਹਿਰ ਕਦੇ ਖੰਡ ਖਾਣ ਨਾਲ ਜੀਭਾਂ ਮਿੱਠੀਆਂ ਨਹੀਂ ਹੁੰਦੀਆਂ ਪਾਵੇ ਜੋ ਫਸਾਦ ਬੰਦਾ ਜਾਲੀ ਜਾਂ ਕੋਈ ਸਾਧ ਬੰਦਾ ਬੋਟਾਂ 'ਚ ਆਜ਼ਾਦ ਬੰਦਾ ਬਹੁਤੀ ਹੱਥ ਜੋੜਦਾ ਬੰਦਾ ਜੋ ਡਰਾਮੇ ਬਾਅਦ ਜਾਦੋਏ ਬਹਾਨੇ ਬਾਜੇ ਤੋੜਦਾ ਨਹੀਂ ਡੱਕਾ ਪਰ ਅੱਖਾਂ ਲਈ ਨਹੀਂ ਮੋੜਦਾ ਡਾਂਗਦਾਰ ਹੱਥੀ ਜੋ ਆਉਣ ਸਰਕਾਰੋਂ ਜੀਵੀਦਾਰ ਵਾਸਤੇ ਉਹ ਚਿੱਠੀਆਂ ਨਹੀਂ ਹੁੰਦੀਆਂ ਨਿੰਮ ਦੀਆਂ ਦਾਤਰਾਂ ਨਾਲ ਫੈਲਦਾ ਨਹੀਂ ਹੈ ਕਦੇ ਖੰਡ ਖਾਣ ਨਾਲ ਜੀਭਾਂ ਮਿੱਠੀਆਂ ਨਹੀਂ ਹੁੰਦੀਆਂ ਨਿੰਮ ਦੀਆਂ ਦਾਤਰਾਂ ਨਾਲ ਫੈਲਦਾ ਨਹੀਂ ਹੈ ਕਦੇ ਖੰਡ ਖਾਣ ਨਾਲ ਜੀਭਾਂ ਮਿੱਠੀਆਂ ਨਹੀਂ ਹੁੰਦੀਆਂ ਪਿੰਡ ਵਿੱਚ ਰੌਲੀ ਬੰਦੇ ਸਿਰੇ ਦੇ ਜੋ ਢੋਲੀ ਬੰਦੇ ਇੱਕ ਜੋ ਮਖੌਲੀ ਬੰਦੇ ਨਜ਼ਰਾਂ 'ਚ ਰਹਿੰਦੇ ਆ ਸੀਪ ਦੇ ਖਿਡਾਰੀ ਵੇਖੇ ਜੂਏ ਦੇ ਜਹਾਰੀ ਵੇਖੇ ਬਿਨਾਂ ਦੇਖੇ ਪੱਤਿਆਂ ਦੀ ਚਾਲ ਬੁੱਝ ਲੈਂਦੇ ਆ ਜ਼ਿੰਦਗੀ ਦਾ ਭੇਤ ਉਹਦੇ ਪਿੱਛੇ ਗਹਿਰਾ ਸੱਚ ਉਹ ਕੀ ਜਾਣੇ ਜਿਹਨੇ ਔਕੜਾਂ 'ਚ ਚਿੱਠੀਆਂ ਨਹੀਂ ਹੁੰਦੀਆਂ ਨਿੰਮ ਦੀਆਂ ਦਾਤਰਾਂ ਨਾਲ ਫੈਲਦਾ ਨਹੀਂ ਜ਼ਹਿਰ ਕਦੇ ਖੰਡ ਖਾਣ ਨਾਲ ਜੀਭਾਂ ਮਿੱਠੀਆਂ ਨਹੀਂ ਹੁੰਦੀਆਂ ਨਿੰਮ ਦੀਆਂ ਦਾਤਰਾਂ ਨਾਲ ਫੈਲਦਾ ਨਹੀਂ ਜ਼ਹਿਰ ਕਦੇ ਖੰਡ ਖਾਣ ਨਾਲ ਜੀਭਾਂ ਮਿੱਠੀਆਂ ਨਹੀਂ ਹੁੰਦੀਆਂ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਸਰ ਅਸੀਂ ਆਪਣੇ ਵਿਚਾਰ ਸਾਡੇ NSS ਵਲੰਟੀਅਰ ਨਾਲ ਸਾਂਝੇ ਕੀਤੇ ਸੋ ਹੁਣ ਮੈਂ NSS ਵਲੰਟੀਅਰ ਦੀ ਵਿਦਿਆਰਥੀ ਸੁਖਮਨ ਕੌਰ ਤੋਂ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੇ ਲਿਖੇ ਹੋਏ ਕੁਝ ਅਲਫਾਜ਼ ਸਾਡੇ ਨਾਲ ਸਾਂਝੇ ਕਰਨਗੇ ਸੋ ਇੱਕ ਵਾਰ ਜ਼ੋਰਦਾਰ ਸਰ ਜ਼ਿੰਦਗੀ ਦੇ ਕੁਝ ਖਾਸ ਦਿਨ ਅਸੀਂ ਬਿਤਾਏ ਸੀ ਕਾਲਜ ਚ ਕੈਂਪ ਲੱਗਿਆ ਸੀ ਉਦੋਂ ਨਜ਼ਾਰੇ ਲਏ ਸੀ ਅਸੀਂ ਕਾਲਜ ਦੋਸਤ ਨਵੇਂ ਬਣਾਏ ਸੀ ਅਸੀਂ ਮੌਜਾਂ ਬਹੁਤ ਲੁੱਟੀਆਂ ਸੀ ਇਹ ਦੋਸਤ ਨਹੀਂ ਮਿਲਣੇ ਕਿਸੇ ਮੁੜ ਕੇ ਸੁੱਖ ਸੋਈ ਨੇ ਇਹ ਸੱਚ ਲਿਖਿਆ ਸੀ ਕਹਿੰਦੇ ਰੋਟੀਆਂ ਵੀ ਪਕਾਉਣਾ ਸਿੱਖ ਗਏ ਟੀਚਰਾਂ ਨਾਲ ਪਿਆਰ ਵੀ ਪੈ ਗਿਆ ਸੀ ਕਹਿੰਦੇ ਯਾਰੋ ਲੁੱਟ ਲਓ ਨਜ਼ਾਰੇ ਇਹ ਕੈਂਪ ਕਹਿ ਗਿਆ ਸੀ ਜਿਹਨੂੰ ਕਦੇ ਬੁਲਾਇਆ ਵੀ ਨਹੀਂ ਸੀ ਉਹਦੇ ਨਾਲ ਵੀ ਬੋਲਣ ਲੱਗ ਪਏ ਯਾਰੋ ਸੱਚੀ ਕਹਿੰਦੀਆਂ ਅਸੀਂ ਮੌਜਾਂ ਲੁੱਟਣ ਲੱਗ ਪਏ ਪਲੱਸ ਵਨ ਦੇ ਸਟੂਡੈਂਟ ਹਾਂ ਅਸੀਂ ਇਹ ਕਹਿ ਕੇ ਮੈਂ ਸਟੇਜ 'ਤੇ ਆਈ ਸੀ ਲਾਸਟ ਦਿਨ ਰਹਿ ਗਿਆ ਹੁਣ ਯਾਰੋ ਇਹ ਲਿਖ ਕੇ ਮੈਂ ਇਮੋਸ਼ਨਲ ਹੋਈ ਸੀ ਲੜਾਈ ਵੀ ਹੋਈ ਤੇ ਖੁਸ਼ ਵੀ ਬਹੁਤ ਸੀ ਖੁਸ਼ੀ ਤਾਣੀਆਂ ਪ੍ਰਦੀਪ ਇਹੀ ਮੇਰੇ ਲਈ ਬਹੁਤ ਸੀ ਇਹ ਜ਼ਿੰਦਗੀ ਬੜੀ ਸੋਹਣੀ ਹੈ ਬੜੀ ਖੁਸ਼ਹਾਲ ਤੇ ਨਿਆਰੀ ਹੈ ਹੁਣ ਵਾਪਸ ਨਹੀਂ ਆਉਣਾ ਇਸ ਕਾਲਜ 'ਚ ਸੱਤ ਦਿਨਾਂ ਦਾ ਕੈਂਪ ਲਾਇਆ ਸੀ ਅਸੀਂ ਸਿੱਖਣ ਨੂੰ ਵੀ ਬਹੁਤ ਕੁਛ ਸੀ ਸੁਖਮਨ ਤੇ ਖੁਸ਼ਪ੍ਰੀਤ ਨੂੰ ਲੀਡਰ ਵੀ ਬਣਾਇਆ ਸੀ ਤੇ ਤਾਣੀਆਂ ਪ੍ਰਦੀਪ ਬੜੇ ਗੀਤ ਵੀ ਗਾਇਆ ਸੀ
ਸਾਹਿਬ ਜਦਾ ਅਜੀਤ ਸਿੰਘ ਗਰੁੱਪ ਦੀਆਂ ਅਸੀਂ ਕੁੜੀਆਂ ਆ ਇੰਕਰਿੰਗ ਵੀ ਅਸੀਂ ਕੀਤੀ ਸੀ, ਇਹ ਸਭ ਕੁਝ ਮੈਂ ਆਪ ਲਿਖਿਆ ਸੀ। ਕੱਲ ਇੱਕ ਆਪਦੀ ਲਿਖੀ ਹੋਈ ਸ਼ਾਇਰੀ ਵੀ ਬੋਲੀ ਸੀ। ਇੱਕ ਦਿਨ ਅਸੀਂ ਗੁਰਦੁਆਰੇ ਵੀ ਗਏ ਸੀ, ਸਾਫ ਸਫਾਈ ਵੀ ਕੀਤੀ ਸੀ, ਬਹੁਤ ਚੰਗਾ ਲੱਗਿਆ ਸੀ ਉਦੋਂ ਜਦੋਂ ਵਾਹਿਗੁਰੂ ਦੇ ਘਰੇ ਅਸੀਂ ਗਏ ਸੀ। ਹੋਸਪਿਟਲ ਵੀ ਜਾਏ ਸੀ, ਲੋਕ ਮਿਲੇ ਸੀ, ਉੱਥੇ ਗੱਲਾਂ ਉਹਨਾਂ ਨਾਲ ਵੀ ਕਰੀਆਂ ਸੀ, ਸਾਨੂੰ ਚੰਗਾ ਕੰਮ ਕਰਦੇ ਵੇਖ ਉਹਨਾਂ ਨੇ ਸਾਨੂੰ ਸਲਾਹਿਆ ਵੀ ਸੀ। ਫਤਿਹ ਕਾਲਜ ਦੇ ਅਸੀਂ ਸਟੂਡੈਂਟ ਹਾਂ, ਇਹ ਦੱਸ ਕੇ ਆਏ ਸੀ, ਉੱਥੇ ਰੈਲੀ ਵੀ ਕੱਢੀ ਸੀ, ਨਸ਼ਿਆਂ ਦੇ ਵਿਰੋਧ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਆਏ ਸੀ। ਮੰਡੀ ਕਲਾਂ ਦਾ ਸਫ਼ਰ ਬਹੁਤ ਚੰਗਾ ਰਿਹਾ ਸੀ, ਨਸ਼ਿਆਂ 'ਤੇ ਅਸੀਂ ਉੱਥੇ ਨਾਅਰੇ ਲਾਏ ਸੀ, ਟੀਚਰ ਵੀ ਨਾਲ ਸੀ, ਸਾਡੇ ਪਿਆਰ ਉਹਨਾਂ ਨੇ ਵੀ ਜਿਤਾਇਆ ਸੀ। ਧੰਨਵਾਦ ਕਰਨਾ ਚਾਹੁੰਦੀ ਹਾਂ ਚੇਅਰਮੈਨ ਸਰ ਦਾ, ਜਿਨ੍ਹਾਂ ਨੇ NSS ਕੈਂਪ ਲਾਇਆ ਸੀ, ਜਿਨ੍ਹਾਂ ਨੇ NSS ਕੈਂਪ ਲਾਇਆ ਸੀ। ਮੇਰਾ ਨਾਮ ਸੁਖਪ੍ਰੀਤ ਕੌਰ ਹੈ, ਮੈਂ ਫਤਿਹ ਗਰੁੱਪ ਆਫ ਇੰਸਟੀਟਿਊਸ਼ਨ ਦੀ ਵਿਦਿਆਰਥਣ ਹਾਂ। ਸਾਡੇ ਕਾਲਜ ਵਿੱਚ 7 ਰੋਜ਼ਾ ਕੈਂਪ ਲਗਾਇਆ ਗਿਆ, ਮੈਨੂੰ ਇਹ ਕੈਂਪ ਅਟੈਂਡ ਕਰਕੇ ਬਹੁਤ ਚੰਗਾ ਲੱਗਿਆ। ਸਾਨੂੰ ਨਸ਼ੇ ਵਿਰੁੱਧ ਬਹੁਤ ਸਾਰੀਆਂ ਰੈਲੀਆਂ ਵੀ ਕਢਵਾਈਆਂ ਗਈਆਂ, ਸਾਨੂੰ ਬਹੁਤ ਸਾਰੇ ਨਵੇਂ ਕੰਮ ਸਿੱਖਣ ਨੂੰ ਵੀ ਮਿਲੇ, ਬਾਕੀ ਆਲ ਓਵਰ ਬਹੁਤ ਚੰਗਾ ਲੱਗਿਆ। ਮੇਰਾ ਨਾਮ ਜਸ਼ਨਦੀਪ ਕੌਰ, ਮੈਂ ਫਤਿਹ ਕਾਲਜ ਦੀ ਵਿਦਿਆਰਥਣ ਹਾਂ ਤੇ ਸਾਡੇ ਕਾਲਜ ਦੇ ਵਿੱਚ 22 ਦਸੰਬਰ ਤੋਂ ਲੈ ਕੇ NSS ਦਾ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਦੇ ਦੌਰਾਨ ਸਾਨੂੰ ਬਹੁਤ ਹੀ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ। ਇਸ ਕੈਂਪ ਦੇ ਦੌਰਾਨ ਅਸੀਂ ਵੱਖ ਵੱਖ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਰੈਲੀਆਂ ਵੀ ਕੀਤੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਮੈਂ ਫਤਿਹ ਗਰੁੱਪ ਆਫ ਇੰਸਟੀਟਿਊਟ ਦਾ ਵਿਦਿਆਰਥੀ ਜਸਕੀਰ ਸਿੰਘ, NSS ਦਾ ਵਲੰਟੀਅਰ। ਸਭ ਤੋਂ ਪਹਿਲਾਂ ਅਸੀਂ ਪਿੰਡਾਂ 'ਚ ਰੈਲੀਆਂ ਕੱਢੀਆਂ ਨਸ਼ੇ ਵਿਰੁੱਧ, ਉਸ ਤੋਂ ਬਾਅਦ ਗੁਰੂ ਸਰ ਮਹਾਰਾਜ ਗਏ ਸੇਵਾ ਕਰਨ ਦੇ ਲਈ ਅਤੇ ਸੈਮੀਨਾਰ ਅਟੈਂਡ ਕੀਤੇ ਅਤੇ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ। ਮਤਲਬ ਟੀਮ ਵਰਕ,
ਤੇ ਇਕੱਠੇ ਰਹਿਣਾ ਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ। ਥੈਂਕ ਯੂ। ਮੈਂ ਕੁਲਜੀਤ ਸਿੰਘ ਫਤਿਹ ਕਾਲਜ ਇੰਸਟੀਟਿਊਟ ਵਿੱਚ ਪੜ੍ਹਦਾ ਹਾਂ। ਅਸੀਂ ਕਾਲਜ ਵਿੱਚ 7 ਰੋਜ਼ਾ ਕੈਂਪ ਲਾਇਆ ਅਤੇ ਉਹਦੇ ਵਿੱਚ ਅਸੀਂ ਬਹੁਤ ਕੁਛ ਸਿੱਖਣ ਨੂੰ ਮਿਲਿਆ। ਅਸੀਂ ਸੁਬਹ ਉੱਠ ਕੇ ਯੋਗਾ ਕਰਦੇ ਹੁੰਦੇ ਸੀ ਜੋ ਕਿ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਆ। ਫਿਰ ਅਸੀਂ ਰੈਲੀ ਕਰਨ ਜਾਂਦੇ ਹੁੰਦੇ ਸੀ ਨਸ਼ਿਆਂ ਦੇ ਵਿਰੁੱਧ ਕਿ ਲੋਕਾਂ ਨੂੰ ਜਾਗਰੂਕ ਕਰੀਏ। ਇਹ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ 'ਚ ਫਸਟ ਐਕਸਪੀਰੀਅੰਸ ਕੀਤਾ ਅਤੇ ਇਹ ਸਿਰਫ ਸਾਨੂੰ ਕਾਲਜ ਫਤਿਹ ਕਾਲਜ ਇੰਸਟੀਟਿਊਟ ਨੇ ਪ੍ਰੋਵਾਈਡ ਕੀਤੀਆਂ ਇਹ ਚੀਜ਼ਾਂ। ਮੇਰਾ ਨਾਮ ਰਮਨਦੀਪ ਸਿੰਘ ਹੈ ਜੀ, ਜੋ ਕਿ ਮੈਂ ਫਤਿਹ ਕਾਲਜ ਦਾ ਇੰਸਟੀਟਿਊਟ ਦਾ ਵਿਦਿਆਰਥੀ ਹਾਂ, ਜੋ ਕਿ ਸਾਡੇ ਕਾਲਜ ਵਿੱਚ 7 ਦਿਨਾਂ ਦਾ NS ਕੈਂਪ ਲੱਗ ਰਿਹਾ ਹੈ, ਜਿਸ ਵਿੱਚ ਅਸੀਂ ਬਹੁਤ ਕੁਛ ਸਿੱਖਿਆ। ਸੈਮੀਨਾਰ ਆਏ ਅਤੇ ਬਹੁਤ ਕੁਛ ਉਹਨਾਂ ਨੇ ਸਾਨੂੰ ਭਾਸ਼ਣ ਦਿੱਤਾ ਅਤੇ ਬਹੁਤ ਕੁਛ ਸਿੱਖਿਆ। ਅਤੇ ਅਸੀਂ ਸਾਫ਼ ਸਫਾਈ ਕਰੀ, ਜਿਵੇਂ ਕਿ ਸੇਵਾ ਲਾ ਲਓ, ਰੋਟੀ ਲਾ ਲਓ, ਅਸੀਂ ਟੀਮ ਵਰਕ ਸਿੱਖਿਆ ਇੱਕ ਤਰ੍ਹਾਂ ਦਾ। ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਰੈਲੀਆਂ ਕੀਤੀਆਂ, ਨਸ਼ਿਆਂ ਖਿਲਾਫ਼ ਬੋਲੇ, ਅਤੇ ਗੁਰਦੁਆਰੇ ਵਿੱਚ ਅਸੀਂ ਬਹੁਤ ਸੋਹਣੀ ਸੇਵਾ ਕਰੀ, ਜੋ ਕਿ ਸਾਡੇ ਸਟੂਡੈਂਟ ਟੀਮ ਵਰਕ ਵੀ ਸਿੱਖ ਗਏ ਹੁਣ। ਧੰਨਵਾਦ ਜੀ। ਹਾਂਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਜਸਪ੍ਰੀਤ ਕੌਰ ਹੈ, ਮੈਂ ਫਤਿਹ ਗਰੁੱਪ ਕਾਲਜ ਦੀ ਵਿਦਿਆਰਥਣ ਹਾਂ। ਅਸੀਂ NS ਦਾ ਕੈਂਪ 22 ਤਰੀਕ ਤੋਂ ਲੈ ਕੇ 28 ਤਰੀਕ ਦੇ ਵਿੱਚ ਲਗਾਇਆ ਅਤੇ ਇਸ ਵਿੱਚ NS ਦੇ ਕੈਂਪ ਵਿੱਚ ਬਹੁਤ ਕੁਛ ਸਾਨੂੰ ਸਿੱਖਣ ਨੂੰ ਮਿਲਿਆ ਅਤੇ ਅਸੀਂ ਆਪਸ ਵਿੱਚ ਮਿਲਵਰਤਨ ਵੀ ਰੱਖਿਆ। ਇਸ ਵਿੱਚ NSS ਵਿੱਚ ਕੈਂਪ ਵਿੱਚ ਅਸੀਂ ਸਿੱਖਣ ਨੂੰ ਇਹ ਮਿਲਦਾ ਗਾ ਵੀ ਅਸੀਂ ਇਹ ਕਿਸੇ ਨਾਲ ਭੇਦਭਾਵ ਨਹੀਂ ਕਰ ਸਕਦੇ, ਅਸੀਂ ਇੱਕਜੁੱਟ ਹੋ ਕੇ ਚੱਲ ਸਕਦੇ ਹਾਂ। ਅਤੇ ਅਸੀਂ ਇਸ NSS ਦੇ ਕੈਂਪ ਦੇ ਵਿੱਚ ਅਸੀਂ ਕਾਫੀ ਪਿੰਡਾਂ ਦੇ ਵਿੱਚ ਰੈਲੀਆਂ ਵੀ ਕੱਢੀਆਂ, ਜਿਵੇਂ ਕਿ ਵਾਲਿਆਂ ਵਾਲੀ ਮੰਡੀ ਕਲਾਂ, ਕਾਫੀ ਪਿੰਡਾਂ ਦੇ ਵਿੱਚ ਹੋਰ ਵੀ ਅਸੀਂ ਗਏ, ਉੱਥੇ ਵੀ ਅਸੀਂ ਰੈਲੀ ਨਸ਼ਿਆਂ ਵਿਰੁੱਧ ਰੈਲੀ ਕੱਢੀ। ਅਤੇ ਅਸੀਂ NSS ਦੇ ਕੈਂਪ ਵਿੱਚ ਅਸੀਂ ਖਾਣ ਪੀਣ ਨੂੰ ਬਹੁਤ ਵਧੀਆ ਪ੍ਰਬੰਧ ਰੱਖਿਆ, ਸਾਡੇ ਟੀਚਰਾਂ ਨੇ ਇਸ ਕਾਲਜ ਦੇ ਫਤਿਹ ਗਰੁੱਪ ਕਾਲਜ ਦੇ ਟੀਚਰਾਂ ਨੇ ਸਾਡਾ ਬਹੁਤ ਸਾਥ ਦਿੱਤਾ। ਧੰਨਵਾਦ ਜੀ। ਮੈਂ ਸੁਖਮਨਦੀਪ ਕੌਰ ਫਤਿਹ ਗਰੁੱਪ ਆਫ ਇੰਸਟੀਟਿਊਸ਼ਨ ਦੀ ਸਟੂਡੈਂਟ ਹਾਂ, ਜਿਹਦੇ ਚ ਅਸੀਂ NSS ਕੈਂਪ ਲਗਾਇਆ, ਜਿਹਦੇ ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅਸੀਂ ਅਲੱਗ ਅਲੱਗ ਗੁਰਦੁਆਰਿਆਂ ਚ ਜਾ ਕੇ ਸੇਵਾਵਾਂ ਵੀ ਕੀਤੀਆਂ, ਅਸੀਂ ਹੋਸਪਿਟਲਾਂ ਚ ਜਾ ਕੇ ਸਫਾਈਆਂ ਵੀ ਬਹੁਤ ਕੀਤੀਆਂ। ਸਾਨੂੰ ਇਹ ਬਹੁਤ ਵਧੀਆ ਲੱਗਿਆ, ਜਿਹ ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇੱਥੇ ਸੈਮੀਨਾਰ ਵੀ ਲੱਗਿਆ ਜਿਹ ਚ ਅਲੱਗ ਅਲੱਗ ਟੀਚਰਸ ਆਏ ਤੇ ਸਾਨੂੰ ਬਹੁਤ ਕੁਝ ਸਿਖਾ ਕੇ ਗਏ। ਅਸੀਂ ਸੁਖਮੰਦਰ ਸਿੰਘ ਚੱਠਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।